ਬੀਤੇ ਦਿਨੀ ਐਤਵਾਰ ਨੂੰ ਬਾਜ਼ਾਰ ਬੰਦ ਦਾ ਫਾਇਦਾ ਦੇਖਦੇ ਹੋਏ ਲੁਟੇਰਿਆਂ ਵੱਲੋਂ ਸੋਨੇ ਦੀ ਦੁਕਾਨ ਦੇ ਕਾਰੀਗਰਾਂ ਵਾਲੇ ਸਥਾਨ ਤੇ ਜਾ ਕੇ ਪਿਸਤੌਲ ਦੀ ਨੋਕ ਤੇ 8-9 ਤੋਲੇ ਸੋਨਾ ਲੁੱਟ ਲੈਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਉਸ ਸਥਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ। ਇਸ ਘਟਨਾ ਦੀ ਸੂਚਨਾ ਸਿਟੀ ਸਾਊਥ ਦੇ ਥਾਣਾ ਮੁਖੀ ਸੰਦੀਪ ਸਿੰਘ ਨੂੰ ਦਿੱਤੀ ਗਈ ਤਾਂ ਉਹਨਾਂ ਵੱਲੋਂ ਇਸ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਸੀਸੀਟੀਵੀ ਕੈਮਰਿਆਂ ਦੀਆਂ ਤਸਵੀਰਾਂ ਤੋਂ ਇਸ ਘਟਨਾ ਦੀ ਛਾਣਬੀਣ ਸ਼ੁਰੂ ਕਰ ਦਿੱਤੀ। ਸਰ ਅੱਜ ਇੱਕ ਚੋਰੀ ਹੋਈ ਆ ਵਾਰਦਾਤ ਤੋਂ ਅੰਜਾਮ ਦਿੱਤਾ, ਕਿੰਨਾ ਸੋਨਾ ਲੈ ਕੇ ਜਾਓ? ਤਕਰੀਬਨ 8-9 ਤੋਲੇ ਸੋਨੇ ਕਹਿ ਰਹੇ ਆ ਜੋ ਉਹਨਾਂ ਤੋਂ ਆ ਕੇ ਖੋਹ ਕੇ ਲੈ ਕੇ ਗਏ। ਕੌਣ ਸੀ ਬੰਦੇ ਸਰ, ਕੋਈ ਸੀਸੀਟੀਵੀ ਵਿੱਚ ਕੈਦ ਸੀ? ਨਹੀਂ, ਹਾਲੇ ਬੰਦੇ ਆਈਡੈਂਟੀਫਾਈ ਨਹੀਂ ਹੋ ਪਾਏ ਅਤੇ ਕਾਰੀਗਰ ਸੀ ਆਪਣੇ ਘਰ ਦੇ ਅੰਦਰ ਬੈਠ ਕੇ ਇਹ ਕਰ ਰਹੇ ਸੀਗੇ, ਆਪਣਾ ਕੰਮ ਚਲਾਇਆ ਹੋਇਆ ਸੀ ਇਹਨਾਂ ਨੇ। ਤਾਂ 3 ਬੰਦੇ ਆਏ ਮੋਟਰਸਾਈਕਲ 'ਤੇ ਅਤੇ ਅੰਦਰ ਦਾਖਲ ਹੋ ਕੇ ਅਤੇ ਉਹ ਖੋਹ ਕਰਕੇ ਲੈ ਕੇ ਗਏ। ਸਰ ਕਿੰਨੇ ਬੰਦੇ ਸੀ ਅੰਦਰ ਜਿਹੜੇ ਕੰਮ ਕਰ ਰਹੇ ਸੀ? ਵਰਕਰ 3 ਸੀਗੇ ਇਹਨਾਂ ਦੇ। ਕਾਰੀਗਰ ਨੇ, ਸ਼ੋਪ ਨੀ ਹੈਗੀ, ਇਹ ਕਾਰੀਗਰ ਸਾਂਝੇ ਤੌਰ ਤੇ ਕੰਮ ਕਰਦੇ ਆ, ਜਿੱਦਾਂ 4-5 ਜੂਲਰ ਦੇ ਰੱਖੇ ਹੋਏ ਆ ਕਾਰੀਗਰ। ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਮੋਗਾ ਤੋਂ ਰਾਮ ਸ਼ਰਮਾ ਅਤੇ ਗੁਰਦੇਵ ਖੁਰਾਣਾ ਦੀ ਵਿਸ਼ੇਸ਼ ਰਿਪੋਰਟ।